ਗੁੱਡ ਈਵਨਿੰਗ एवरीवन ਬੇਟਾ ਅੱਜ 3704 ਪੋਸਟਾਂ ਸੀਗੀਆਂ ਜਿਹੜੀਆਂ ਜੀ ਵੇਰੀਅਸ ਕੈਟਾਗਰੀਜ਼ ਦੇ ਵਿੱਚ ਮਾਸਟਰ ਕਾਡਰ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਉਹਦਾ ਐਸਐਸਡੀ ਮੈਰਿਟ ਲਿਸਟ ਆ ਚੁੱਕੀ ਹੈ ਤੇ ਤੁਸੀਂ ਮੈਰਿਟ ਲਿਸਟ ਦੇਖ ਕੇ ਸਾਰੇ ਹੀ ਬਹੁਤ ਹੈਰਾਨ ਹੋ ਰਹੇ ਹੋਣਗੇ ਕਿ 150 ਨੰਬਰ ਵਾਲੇ 150 ਚ 150 ਨੰਬਰ ਲੈਣ ਵਾਲੇ ਪੰਜ ਸਟੂਡੈਂਟਸ ਨੇ ਮੇਰੇ ਖਿਆਲ ਨਾਲ ਤੇ ਮੈਰਿਟ 149 ਦੇ ਜਨਰਲ ਕੈਟਾਗਰੀ ਦੀ ਲੁਕੀ ਹੈ ਦੇਖੋ ਕਿੰਨਾ ਤਗੜਾ ਕੰਪੀਟੀਸ਼ਨ ਹੋਇਆ ਹੋਇਆ ਹੈ ਮੈਂ ਇਹ ਸੋਚਣ ਨੂੰ ਮਜਬੂਰ ਹੋ ਗਿਆ ਸੀਗਾ ਜੇ ਕਿਉਂਕਿ 10 ਪੋਸਟਸ ਨੇ ਜਨਰਲ ਕੈਟਾਗਰੀ ਦੀਆਂ ਜੇ 10 ਦੇ ਵਿੱਚੋਂ 10 ਬੋਸ ਨੇ ਜੇ 12% ਦੇ 150 ਚ 150 ਨੰਬਰ ਲੈ ਜਾਂਦੇ ਫਿਰ ਕੀ ਹੁੰਦਾ ਫਿਰ ਏਜ ਕਾ ਏਜ ਫੈਕਟਰ ਦੇਖਦੇ ਜਿਹੜੇ ਲਾਸਟ ਵਾਲੇ ਦੋ ਜਿਨ੍ਹਾਂ ਦੀ ਏਜ ਘੱਟ ਹੁੰਦੀ ਉਹਨਾਂ ਨੂੰ ਜੋਬ ਨਹੀਂ ਮਿਲਨੀ ਸੀ ਦੱਸੋ ਬੰਦੇ ਨੇ ਇੰਨੀ ਮਿਹਨਤ ਕੀਤੀ ਹੋਵੇ 150 ਚ 150 ਨੰਬਰ ਲੈ ਗਿਆ ਹੋਵੇ ਫਿਰ ਵੀ ਨਾ ਉਹਨੂੰ ਜੋਬ ਮਿਲੇ ਏ ਸੋ ਮੈਂ ਸੋਚ ਕੇ ਇਰਾਨ ਹੋ ਰਿਹਾ ਸੀ ਕਿ ਉਹ ਬੱਚੇ ਉਹ ਪਰਸਨ ਦੇ ਵੀ ਕੀ ਗੁਜਰੂਗੀ ਕਿ ਹਾਂ ਜੀ ਮੈਂ ਇੰਨੀ ਮਿਹਨਤ ਕੀਤੀ 150 ਚ 150 ਨੰਬਰ ਵੀ ਲਿੱਤਾ ਫੇਰ ਵੀ ਨਾ ਜੋਬ ਮਿਲੀ ਮੇਰਾ ਇਹ ਮੰਨਣਾ ਕਿ ਥੋੜਾ ਜਿਹਾ ਲੈਵਲ ਥੋੜਾ ਜਿਹਾ ਔਖਾ ਬਣਾ ਜੀਦਾ ਸੀ ਐਸਐਸਟੀ ਦਾ ਪੇਪਰ ਕਿਉਂਕਿ ਘਟੋ ਘਟ 10 15 ਕੁਐਸਚਨ ਹੈ ਜਿ ਹੁਣ ਜਿਹੜੇ ਇੰਨੇ ਟਵਿਸਟਿੰਗ ਹੋਣਗੇ ਬੱਚਿਆ ਕੋਲ ਹੋਣ ਨਾ ਕੋਈ ਉਹ ਬੱਚਾ ਉਹਨੂੰ ਕਰ ਸਕੇ ਚਲੋ ਆਪਾਂ ਹੁਣ ਉਸ ਤੇ ਕੋਈ ਡਿਸਕਸ ਨਹੀਂ ਕਰ ਸਕਦੇ ਚਲੋ ਆਪਾਂ ਐਸਐਸਟੀ ਦੇ ਬਾਰੇ ਹੁਣ ਇਸ ਵੀਡੀਓ ਚ ਮੈਂ ਸਿਰਫ ਇਹੀ ਦੱਸਣਾ ਹੈ ਕਿਹੜੀ ਕੈਟਾਗਰੀ ਵਾਲੇ ਨੂੰ ਅੱਗੇ ਹੋਪ ਹੈ ਕਿ ਸੈਕੰਡ ਲਿਸਟ ਆਊਗੀ ਕਿਹੜੇ-ਕਿਹੜੇ ਕੈਟਾਗਰੀ ਦੀ ਮੇਰੇ ਅਕੋਰਡਿੰਗ ਠੀਕ ਹੈ ਮੇਰੀ ਪਰਸਨਲ ਰਾਏ ਹੈ ਕਿਸੇ ਨੇ ਆਪਣੇ ਉੱਤੇ ਨਹੀਂ ਲੈਣਾ ਜੀ ਕਿ ਇਹ ਨਹੀਂ ਕਹਿਣਾ ਕਿ ਹਾਂਜੀ ਤੁਸੀਂ ਕਹਿੰਦੇ ਸੀ ਸੈਕੰਡ ਲਿਸਟ ਆਊਗੀ ਆਈ ਨਹੀਂ ਜੀ ਇਹ ਜੀ ਮੇਰਾ ਪਰਸਨਲ ਰਾਏ ਹੈ ਤੇ ਉਹ ਮੈਂ ਵਿਦ ਫੈਕਟਸ ਤੁਹਾਨੂੰ ਦੱਸਣ ਲੱਗਿਆ ਕਿਉਂ ਆਊਗੀ ਠੀਕ ਹੈ ਚਲੋ ਆਪਾਂ ਦੇਖੀਏ ਸਭ ਤੋਂ ਪਹਿਲਾਂ ਜਨਰਲ ਕੈਟਾਗਰੀ ਦੀ 10 ਪੋਸਟਾਂ ਸੀਗੀਆਂ ਤੇ 14 ਬੰਦੇ ਲੇ ਬੁਲਾਇਆ ਹੈ ਜੀ ਉਹ ਧਿਆਨ ਰੱਖਣਾ ਸਾਰੇ ਫੈਕਟਰ ਦੇ ਵਿੱਚ ਇੱਕ 33% ਫੀਮੇਲ ਰਿਜ਼ਰਵੇਸ਼ਨ ਨੇ ਵੀ ਕਾਊਂਟ ਹੋਣਾ ਹੈ ਜੀ ਤੇ ਡੀ ਰਿਜ਼ਰਵੇਸ਼ਨ ਵੀ ਹੋਣੀ ਆ ਪੋਸਟਾਂ ਦੀਆਂ ਜੇ ਕੋਈ ਬੱਚੀਆਂ ਰਹਿ ਗਈਆਂ ਉਹ ਦਿਖਦੇ ਆ ਆਪਾਂ ਕਿਵੇਂ ਹੋ ਰਹੀਆਂ ਮੇਰੇ ਮੁਤਾਬਕ ਇੱਥੋਂ ਦੇਖ ਕੇ ਤਾਂ ਇਹ ਲੱਗਦਾ ਜੀ ਜਨਰਲ ਦੀ ਸੈਕੰਡ ਮੈਡ ਰਿਸਟ ਨਹੀਂ ਆਂਦੀ ਇੰਨੇ ਕੁ ਬੰਦੇ ਨੇ ਇੰਨੇ ਕੁ ਬੰਦਿਆਂ ਨੂੰ ਬੁਲਾਇਆ ਹੋਇਆ ਐਸ ਸੀ ਐਮ ਬੀ ਦੇ ਦੇਖੋ ਪੰਜ ਬੰਦੇ ਸੀਗੇ ਨੌ ਜਣਿਆਂ ਨੂੰ ਬੁਲਾਇਆ ਹੋਇਆ ਇਹ ਚ ਵੀ ਸ਼ਾਇਦ ਐਸ ਸੀ ਆਰਓ ਦੇ ਵਿੱਚ ਦੋ ਬੰਦੇ ਸੀ ਚਾਰ ਬੰਦਿਆਂ ਨੂੰ ਬੁਲਾਇਆ ਹੋਇਆ ਐ ਐਸ ਸੀ ਐਕਸ ਸਰਵਿਸਮੈਨ ਐਮ ਬੀ ਵਾਲੇ ਦੋ ਬੰਦੇ ਸੀ 13 ਬੰਦੇ ਇਹਦਾ ਮੇਰੇ ਖਿਆਲ ਨਾਲ ਇੰਨਾ ਚ ਕੁਝ ਨਹੀਂ ਬਚਦਾ ਐਵੇਂ ਅੱਗੇ ਦੋ ਚੋਂ ਸੱਤ ਬੰਦੇ ਇੰਨਾ ਚ ਵੀ ਨਹੀਂ ਕੁਝ ਬਚਦਾ ਜੀ ਹੁਣ ਦੇਖੋ ਮੇਨ ਗੱਲ ਜਿਹੜੀ ਅੱਗੇ ਜਾ ਕੇ ਆਉਂਦੀ ਐ ਦੇਖੋ ਆਹ ਤਾਂ ਸਾਰੀ ਐਵੇਂ ਹੀ ਚਲਦੀਆਂ ਹੁਣ ਦੇਖੋ ਜਦੋਂ ਆਪਾਂ ਗੱਲ ਕਰੀਏ ਦੇਖੋ ਫਰੀडम फाइਟਰ ਇੱਕ ਦੇਖੋ ਹਰ ਇੱਕ ਦੇ ਜਿੰਨੀਆਂ ਪੋਸਟਾਂ ਉੱਤੋਂ ਜ਼ਿਆਦਾ ਬੰਦੇ ਬੁਲਾਏ ਹੋਏ ਨੇ ਕੋਈ ਐ ਜਾਨੀ ਮੇਰੇ ਖਿਆਲ ਨਾਲ ਜੀ ਇਸ ਕਿਚ ਕਿਉਂਕਿ ਕਿਉਂਕਿ ਇਹਦੇ ਚ ਬਹੁਤ ਘੱਟ ਚਾਂਸਿਸ ਹੈ ਜੀ ਦੇਖੋ ਜਨਰਲ categories ਦਿੱਤਾ ਮੇਰੇ ਮੁਤਾਬਕ ਸੈਕੰਡ ਲਿਸਟ ਆਉਂਦੀ ਨਹੀਂ ਹੈ ਜੀ ਐਸਐਸ ਦੀ ਆਊਗੀ ਥੋੜੀ ਬਹੁਤ ਆਊਗੀ ਜੇ ਇੱਕ ਅੱਧੇ ਦੋਕ ਬੱਚੇ ਨੂੰ ਜਿੰਨਾ ਚ ਇਹ ਹੋ ਸਕਦਾ ਆ ਸਕਦੀ ਹੈ ਜੇ 33% ਰਿਜ਼ਰਵੇਸ਼ਨ ਦੇਖਣੀ ਪੈਣੀ ਹੈ ਆਪਾਂ ਨੂੰ ਗਰਲਸ ਇੰਨਾ ਚ 33% ਰਿਜ਼ਰਵ ਕੁੜੀਆਂ ਬੈਠੀਆਂ ਜੇ ਕੁੜੀਆਂ ਬੈਠੀਆਂ ਨਹੀਂ ਹੈ ਜੀ ਫੇਰ ਆਊਗੀ ਜੀ ਸੈਕੰਡ ਲਿਸਟ ਹਰ ਇੱਕ ਕੈਟਾਗਰੀ ਚ ਦੇਖਣਾ ਪੈਣਾ ਦੋਨੋਂ ਜਰਨਲ ਐਸ ਸੀ ਬੀ ਸੀ ਚਲੋ ਮੈਂ ਉਹਦੀ ਅਲੱਗ ਵੀਡੀਓ ਬਣਾ ਦੂੰਗਾ ਜੇ ਚਾਪਾ ਇਹ ਦੇਖ ਲਾਂਗੇ ਕੁੜੀਆਂ ਵੈਸੇ ਵੀ ਦੇਖ ਲਓ ਆਪਣੇ ਚੈੱਕ ਕਰ ਸਕਦੇ ਹੋ ਜੇ ਜਿੰਨੀਆਂ ਪੋਸਟਾਂ ਨੇ ਉਹਦੇ ਅਕੋਰਡਿੰਗ ਕਿਹਾ 33% ਜਿਵੇਂ ਹੁਣ 5 ਨੇ 10 ਨੇ ਜੇ ਇਹਦੇ ਚ ਤਿੰਨ ਕੁੜੀਆਂ ਬੈਠੀਆਂ ਫਿਰ ਤਾਂ ਠੀਕ ਹੈ ਜੇ ਤਿੰਨ ਕੁੜੀਆਂ ਨਹੀਂ ਦੋ ਕੁੜੀਆਂ ਬੈਠੀਆਂ ਇਹਦੇ ਚ 10 10 ਸੀਟਾਂ ਨੇ ਜਿਸ ਚ 14 ਬੰਦਿਆਂ ਨੂੰ ਬੁਲਾਇਆ ਜੇ 14 ਚ ਸਿਰਫ ਦੋ ਕੁੜੀਆਂ ਬੈਠੀਆਂ ਤਾ ਇੱਕ ਕੁੜੀ ਨੂੰ ਹੋਰ ਬੁਲਾਣਾ ਪੈਣਾ ਉਹਨਾਂ ਨੂੰ ਨੀਚੋ ਹੀ ਚੱਕਣਾ ਪੈਣਾ ਤਾਂ ਇਟ ਮੀਨਸ ਫਿਰ ਸੈਕੰਡ ਲਿਸਟ ਆਊਗੀ ਐਵੇਂ ਹੀ ਸੇਮ ਐਸਸੀ ਚ ਹੈ ਬੇਟਾ ਐਵੇਂ ਹੀ ਸੇਮ ਬੀਸੀ ਚ ਹੈ ਕਿ ਜੇ ਜਿੰਨੀਆਂ ਪੋਸਟਾਂ ਦਾ ਉਹਦਾ 33% ਕਰ ਲੋ ਉਹਦਾ ਐਸਸੀ ਦਾ ਉਹਨੀਆਂ ਜੇ ਫੀਮੇਲਸ ਉਹ ਚ ਬੈਠੀਆਂ ਫਿਰ ਤਾਂ ਸੈਕੰਡ ਲਿਸਟ ਨਹੀਂ ਆਉਂਦੀ ਜੀ ਮੇਰੇ ਮੁਤਾਬਕ ਇੰਨਾ ਚ ਨਹੀਂ ਆਉਂਦੀ بس ਇੱਕ 33% ਰਿਜ਼ਰਵੇਸ਼ਨ ਵਾਲਾ ਦੇਖ ਲੋ ਜਿੰਨੀਆਂ ਪੋਸਟਾਂ ਦਾ 33% ਕਰ ਲੋ ਜੇ ਉਹਨੀਆਂ ਫੀਮੇਲਸ ਉਹ ਚ ਹੈ ਫੇਰ ਨਹੀਂ ਆਂਦੀ ਜੀ ਸੈਕੰਡ ਲਿਸਟ ਨਹੀਂ ਪੱਕੀ ਸੈਕੰਡ ਲਿਸਟ ਆਣੀ ਹੋਣੀ ਹੈ ਠੀਕ ਹੈ ਜੀ ਕਲੀਅਰ ਹੈ ਜੀ ਤੇ ਸਪੋਰਟਸ ਵਾਲੀ ਲਿਸਟ ਨਹੀਂ ਆਂਦੀ ਕਿਉਂਕਿ ਸਪੋਰਟਸ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਬੁਲਾਉਂਦੇ ਨੇ ਉਹ ਜਿੰਨੇ ਬੱਚੇ ਨੇ ਪਾਪਾ ਅਪਲਾਈ ਕੀਤਾ ਸੀ ਸਾਰਿਆਂ ਨੂੰ ਬੁਲਾਣਗੇ ਸਪੋਰਟਸ ਦੀ ਕੋਈ ਲਿਸਟ ਨਹੀਂ ਹੋ ਰਣੀ ਐਵੇਂ ਫ੍ਰੀडम फाइਟਰ ਦੀ ਕੋਈ ਹੋਰ ਨਹੀਂ ਲਿਸਟ ਆਂਦੀ ਜੀ ਇਹ ਪੱਕਾ ਹੈ ਫ੍ਰੀडम फाइਟਰ ਹੋਗੇ ਇਹ ਐਕਸ ਸਰਵਿਸਮੈਨ ਵੀ ਮਨ ਕੇ ਚੱਲਦਾ ਹੋਰ ਲਿਸਟ ਨਹੀਂ ਆਂਦੀ ਹੈਂਡੀਕੈਪ ਦੀ ਕੋਈ ਹੋਰ ਲਿਸਟ ਨਹੀਂ ਆਣੀ ਇੰਨੇ ਕੀ ਬੰਦੇ ਨੇ ਇੰਨੇ ਕ ਬੰਦਿਆਂ ਨੂੰ ਬੁਲਾਇਆ ਗਿਆ ਬਟ ਬਾਕੀ ਕੈਟੇਗਰੀਜ਼ ਚ ਜੇ 33% ਰਿਜ਼ਰਵੇਸ਼ਨ ਵਾਲਾ ਚੈੱਕ ਕਰ ਲੋ ਜੀ ਫੀਮੇਲ ਰਿਜ਼ਰਵੇਸ਼ਨ ਜੇ ਨਹੀਂ ਹੈ ਜੀ ਉੰਨੀਆਂ ਉਹਨਾਂ ਨੂੰ ਨਹੀਂ ਬੁਲਾਇਆ ਹੋਇਆ ਤਾਂ ਨੀਚੋਂ ਮੈਰਿਟ ਦੇ ਵਿੱਚੋਂ ਪੱਕਾ ਚੱਕਣਾ ਹੀ ਚੱਕਣਾ ਉਹਨਾਂ ਨੇ ਕਿਉਂਕਿ ਫੀਮੇਲ ਦੀ ਰਿਜ਼ਰਵੇਸ਼ਨ ਪੂਰੀ ਕਰਨੀ ਹੋ ਕਰਨੀ ਹੈ ਤੇ ਮੇਰਾ ਮੰਨਣਾ ਹੈ ਚ ਡੀ ਰਿਜ਼ਰਵੇਸ਼ਨ ਨਹੀਂ ਹੋਊਗੀ ਕਿ ਐਸਐਸ ਦੇ ਵਿੱਚ ਇੰਨੇ ਬੰਦੇ ਹੈਗੇ ਨੇ ਡੀ ਰਿਜ਼ਰਵੇਸ਼ਨ ਬਹੁਤ ਘੱਟ ਚਾਂਸ ਹੈ ਇਹਦੇ ਵਿੱਚ ਕੋਈ ਡੀ ਰਿਜ਼ਰਵੇਸ਼ਨ ਹੋਵੇ ਪੋਸਟ ਦੀ ਠੀਕ ਹੈ ਚਲੋ ਮੇਰੇ ਮਦਦੂ ਜੀ ਇੱਥੇ ਤੁਹਾਨੂੰ ਹੁਣ ਮੈਂ ਇਹੀ ਕਹਿ ਸਕਦਾ ਐਸਐਸ ਦੇ ਵਿੱਚ ਤਾਂ ਥੋੜੀ ਬਹੁਤ ਇੱਧਰ ਉੱਧਰ ਹੋਊਗਾ ਨਹੀਂ ਇਹ ਫਰਸਟ ਕਾਉਂਸਲਿੰਗ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਜਾਣਾ ਹੈ ਸੈਕੰਡ ਕਾਉਂਸਲਿੰਗ ਆਨਦੇ ਬਹੁਤ ਰੇਅਰ ਚਾਂਸਿਸ ਹੈ ਬਸ 33% ਰਿਜ਼ਰਵੇਸ਼ਨ ਹਰ ਕਰਕੇ ਆ ਸਕਦੀ ਹੈ ਨਹੀਂ ਨਹੀਂ ਆਉਂਦੀ ਜੀ ਚਲੋ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਥੈਂਕ ਯੂ ਹੈਵ